ਅਸਲਾਮ ਵਾਲੇਕਮ ਵਿਵਰਸ, ਕੀ ਹਾਲ ਹੈ? ਲਓ ਜੀ, ਅਸੀਂ ਇੱਕ ਨਵੇਂ ਟੂਰ 'ਤੇ ਜਾ ਰਹੇ ਹਾਂ। ਟੂਰ ਹੈਗਾ ਜੀ ਕਸ਼ਮੀਰ ਦਾ, ਅਤੇ ਸੁਬਹਾ ਸੁਬਹਾ ਲਾਹੌਰੋਂ ਨਿਕਲ ਰਹੇ ਹਾਂ। ਤਕਰੀਬਨ ਕੋਈ 5 ਵਜੇ ਦਾ ਟਾਈਮ ਹੈ, ਗਰਮੀਆਂ ਦੀ ਸ਼ੁਰੂਆਤ ਹੈ, ਅਤੇ ਅਸੀਂ ਸੋਚਿਆ ਇੱਕ ਟੂਰ ਕਰ ਲਈਏ। ਅਤੇ ਇਸ ਟੂਰ 'ਚ ਕੁਛ ਚੇਂਜਿੰਗ ਵੀ ਹੈ, ਅਤੇ ਗੈਸ ਕਰੋ ਕਿ ਉਹ ਕੀ ਚੇਂਜਿੰਗ ਹੈ। ਇਹ ਮੈਂ ਤੁਹਾਨੂੰ ਦਿਖਾਵਾਂ, ਮੇਰੀ ਟੀਮ ਜਿਹੜੀ ਮੇਰੇ ਨਾਲ ਹੈ। ਇਹ ਦੇਖੋ ਜੀ, ਇਹ 2 ਬੰਦੇ ਨੇ, ਆਪਣਾ ਮਲਕ ਸਾਹਿਬ ਨੇ ਅਤੇ ਫਾਇਜ਼ ਸਾਹਿਬ ਨੇ, ਅਤੇ ਇਹ ਇੱਕ ਸਾਡਾ ਯੰਗ ਜਿਹੜਾ ਸਾਥੀ ਹੈ ਨੌਮੀ ਹੈ, ਔਰ ਇਹ ਅੱਗੇ ਟੋਨੀ ਬਾਈ ਜਾ ਰਹੇ ਨੇ। ਅਤੇ ਮੇਰਾ ਤਾਂ ਤੁਹਾਨੂੰ ਪਤਾ ਹੀ ਹੈ, ਇਹ ਜੀ ਨਵਾਂ ਪੁਲ ਜੀ ਟੀ ਰੋਡ 'ਤੇ ਬਣਿਆ। ਇਹ ਮੈਂ ਤੁਹਾਨੂੰ ਦਿਖਾਉਣਾ ਕਿ ਮੈਂ ਵੀ ਹੈਗਾ ਵਾਂ। ਅਸਲਾਮ ਵਾਲੇਕਮ, ਕੀ ਹਾਲ ਹੈ ਜਨਾਬ? ਲਓ ਜੀ, ਇੱਕ ਨਵੇਂ ਵਲੌਗ ਦੇ ਨਾਲ ਇੱਕ ਨਵੀਂ ਜਗ੍ਹਾ 'ਤੇ ਚੱਲੇ ਹਾਂ, ਅਤੇ ਲਾਹੌਰੋਂ ਨਿਕਲੇ ਸਾਂ ਅਤੇ ਸ਼ਾਮ ਸੁਬਹਾ ਸੁਬਹਾ ਦਾ ਟਾਈਮ ਸੀ। ਵਜ਼ੀਰਾਬਾਦ ਪਹੁੰਚੇ, ਹਾਲੀ 6 ਵਜੇ ਨੇ, ਅਤੇ ਇਸ ਵਲੌਗ 'ਚ ਥੋੜ੍ਹੀ ਚੇਂਜਿੰਗ ਕੀਤੀ ਹੈ। ਕੁਛ ਦੋਸਤਾਂ ਦੀ ਫਰਮਾਇਸ਼ ਸੀ ਜੀ, ਪੰਜਾਬੀ 'ਚ ਕਰੋ ਵਲੌਗ, ਅਤੇ ਐਤਕੀ ਪੰਜਾਬੀ ਆਉਂਦੀ ਤਾਂ ਹੈ ਨਹੀਂ, ਲੇਕਿਨ ਫਿਰ ਵੀ ਪੰਜਾਬੀ 'ਚ ਕਰਾਂਗੇ, ਜਿਹੋ ਜਿਹੀ ਵੀ ਆਉਂਦੀ ਹੈ, ਠੀਕ ਹੈ ਨਾ। ਇਹ ਆਪਣਾ ਗਰੁੱਪ ਨਿਕਲ ਪਿਆ, ਪੁਰਾਣਾ ਗਰੁੱਪ ਹੀ ਹੈ, ਕੋਈ ਨਵਾਂ ਚਿਹਰਾ ਕੋਈ ਨਹੀਂ ਹੈ। ਅਤੇ ਜੀ ਟੀ ਰੋਡ ਤੁਸੀਂ ਬਹੁਤ ਦਫ਼ਾ ਦੇਖ ਚੁੱਕੇ ਹੋ, ਇਹ ਚੀਜ਼ ਤੁਹਾਨੂੰ ਪੁਆਇੰਟ ਦਿਖਾਵਾਂਗੇ। ਅਤੇ ਕੱਲ੍ਹ ਸਾਡੇ ਨਾਲ ਰਹੋ, ਐਸ਼ ਨਹੀਂ ਕਰੋਗੇ, ਖੱਜਲ ਹੀ ਹੋਵੋਗੇ। ਜਿਹੜਾ ਸਾਡੇ ਨਾਲ ਰਹੇਗਾ ਐਸ਼ ਨਹੀਂ ਕਰੇਗਾ, ਖੱਜਲ ਹੋਏਗਾ। ਬਸ ਕਿੱਥੇ ਚੱਲੇ ਦੱਸੋ ਜੀ? ਅਸੀਂ ਹੁਣ ਮੀਰਪੁਰ ਜਾ ਰਹੇ ਹਾਂ। ਮੀਰਪੁਰ ਇੱਕ ਨਵੇਂ ਰਸਤੇ ਤੋਂ ਚੱਲੇ ਹੋ ਜੀ, ਲੋਕਾਂ ਨੂੰ ਪਤਾ ਨਹੀਂ, ਸਰਾਏ ਆਲਮਗੀਰ ਤੋਂ ਇੱਥੋਂ ਹੀ ਰਸਤਾ, ਇਹ ਸ਼ਾਰਟਕੱਟ ਹੈਗਾ, ਇਹ ਸ਼ਾਰਟਕੱਟ ਜੇ ਇਹ ਦੇਖੋ ਭਲਾ, ਇਹ ਸਰਾਏ ਆਲਮਗੀਰ ਤੋਂ ਅਸੀਂ ਇਹ ਹੈਡਲ ਮੋੜ ਰਹੇ ਹਾਂ, ਇੱਧਰ ਨੂੰ ਜਾਣਾ, ਇੱਧਰ ਨੂੰ, ਇੱਧਰ ਨੂੰ ਇੱਕ ਨਵਾਂ ਰਸਤਾ ਤੁਹਾਨੂੰ ਵਿਖਾਉਂਦੇ ਹਾਂ। ਆਪਾਂ ਭਾਅ ਜੀ ਉਹਨੇ ਨਹਿਰ ਨਹੀਂ ਛੱਡਣੀ, ਬਸ ਜੀ। ਇਹ ਜੀ ਟੀ ਰੋਡ ਤੋਂ ਅਸੀਂ ਉਤਰੇ ਹਾਂ ਸਿੱਧੇ ਹੱਥ ਵੱਲ, ਇਹ ਨਹਿਰ ਹੈ ਜਿਹੜੀ ਕਿ ਸਾਨੂੰ ਸਿੱਧਾ ਲੈ ਕੇ ਜਾਏਗੀ ਮੀਰਪੁਰ ਡੈਮ ਤੱਕਰ। ਮੈਂ ਕਿਹਾ ਤੁਹਾਨੂੰ ਇਹ ਵੀ ਇੱਕ ਰਸਤਾ ਦਿਖਾਵਾਂ, ਇਹ ਸ਼ਾਰਟਕੱਟ ਹੈ ਜਿਹੜਾ ਕਿ ਜੀ ਟੀ ਰੋਡ ਤੋਂ ਸਿੱਧਾ ਤੁਹਾਨੂੰ ਲੈ ਜਾਂਦਾ ਹੈ ਮੀਰਪੁਰ ਡੈਮ 'ਤੇ, ਵਰਨਾ ਤੁਹਾਨੂੰ ਪਹਿਲੇ ਸਿੱਧਾ ਜਾਣਾ ਪੈਂਦਾ ਹੈ ਦੀਨੇ, ਔਰ ਦੀਨੇ ਤੋਂ ਤੁਸੀਂ ਮੀਰਪੁਰ ਜਾਂਦੇ ਹੋ, ਔਰ ਫਿਰ ਮੀਰਪੁਰ ਕ੍ਰੋਸ ਕਰਕੇ ਡੈਮ ਆਉਂਦਾ। ਜਦਕਿ ਇਹ ਸਰਾਏ ਆਲਮਗੀਰ ਤੋਂ ਤੁਸੀਂ ਸਿੱਧੇ ਹੱਥ ਵੱਲ ਉੱਤਰ ਆਉਂਦੇ ਹੋ, ਔਰ ਇਹ ਨਹਿਰ ਦੇ ਨਾਲ ਨਾਲ ਹੀ ਤੁਸੀਂ ਜਾਂਦੇ ਹੋ ਮੀਰਪੁਰ ਡੈਮ। ਸੜਕ ਬਿਹਤਰੀਨ ਹੈ, ਐਡੀ ਕੋਈ ਖਰਾਬ ਨਹੀਂ ਹੈ ਦੇਖੋ, ਅਤੇ ਖੂਬਸੂਰਤ ਰਸਤਾ ਹੈ, ਇਹ ਕਾਫੀ ਪਿੰਡਾਂ ਦੇ ਵਿੱਚੋਂ ਲੰਘਦਾ। ਅੱਛਾ, ਇਹਦੇ 'ਚ ਤੁਸੀਂ ਰਹਿਣਾ ਨਹਿਰ ਦੇ ਨਾਲ ਨਾਲ ਹੀ ਹੈ, ਇਹ ਨਹਿਰ ਕਿਤੇ ਗਈ ਨਹੀਂ ਹੈ, ਇਹ ਸਾਡੇ ਸਿੱਧੇ ਹੱਥ ਵਾਲੀ ਨਹਿਰ ਹੈ, ਇਹ ਬਸ ਥੋੜ੍ਹਾ ਜਿਹਾ ਘੁੰਮ ਕੇ ਫਿਰ ਤੁਸੀਂ ਨਹਿਰ 'ਤੇ ਆ ਜਾਓਗੇ। ਅਤੇ ਬੜਾ ਖੂਬਸੂਰਤ ਇਲਾਕਾ,
ਮੈਂ ਅੱਜ ਤੋਂ ਕਾਫੀ ਸਾਲ ਪਹਿਲੇ ਇਹ ਰਾਸਤੇ ਤੋਂ ਗਿਆ ਸਾਂ। ਉਦੋਂ ਇਹ ਰਾਸਤਾ ਜਿਹੜਾ ਨਾ ਰਾਤ ਨੂੰ ਕੀਤਾ ਸੀ, ਅਤੇ ਮੈਂ ਬੜੇ ਅਰਸੇ ਤੋਂ ਪਲੈਨ ਕੀਤਾ ਸੀ ਕਿ ਦਿਨ ਦੇ ਟਾਈਮ ਇੱਥੋਂ ਲੰਘਾਂਗੇ ਅਤੇ ਤੁਹਾਨੂੰ ਦਿਖਾਵਾਂਗੇ। ਦੇਖੋ ਖੂਬਸੂਰਤ ਰਸਤਾ, ਨਹਿਰ ਹੈ ਇੱਕ ਪਾਸੇ, ਦਰਮਿਆਨ ਸੜਕ ਹੈ, ਔਰ ਦਰਖਤਾਂ ਨੇ ਤੁਹਾਨੂੰ ਘੇਰਿਆ ਹੋਇਆ। ਅਤੇ ਹੋਰ ਇਹ ਗੱਲ ਹੈ ਜੀ ਕਿ ਪੰਜਾਬੀ ਮੈਨੂੰ ਆਉਂਦੀ ਨਹੀਂ, ਵਿੱਚ ਵਿੱਚ ਮੈਂ ਸ਼ਾਇਦ ਉਰਦੂ 'ਚ ਵੀ ਹੋ ਜਾਵਾਂਗਾ, ਲੇਕਿਨ ਕੋਸ਼ਿਸ਼ ਕੀਤੀ ਹੈ ਕਿ ਯਾਰ ਪੰਜਾਬੀ 'ਚ ਵੀ ਵਲੌਗ ਕਰਕੇ ਦੇਖੀਏ। ਅਤੇ ਮੈਂ ਕੀ ਡਿਸਾਈਡ ਕੀਤਾ ਕਿ ਪੂਰਾ ਜਿਹੜਾ ਇਹ ਟੂਰ ਹੈ ਨਾ, ਇਹਨੂੰ ਪੰਜਾਬੀ 'ਚ ਹੀ ਕਰਾਂਗੇ। ਅਤੇ ਮੈਂ ਤੁਹਾਡੇ ਕੋਲ ਪਹਿਲਾਂ ਹੀ ਮਾਦਰਤ ਕਰ ਲੈਂਦਾ ਵਾਂ ਕਿ ਜੀ ਅਗਰ ਤੁਹਾਨੂੰ ਮੇਰੀ ਕੋਈ ਗਲਤੀ ਹੋ ਜਾਏ ਉਹਦੇ ਲਈ। ਅੱਛਾ ਵੀਵਰਸ, ਤੁਸੀਂ ਦੱਸਣਾ ਜ਼ਰੂਰ ਹੈ ਮੈਨੂੰ ਕਿ ਤੁਹਾਨੂੰ ਇਹ ਪੰਜਾਬੀ ਵਲੌਗ ਕੈਸਾ ਲੱਗਾ, ਇਹ ਜ਼ਰੂਰ ਮੈਨੂੰ ਕਮੈਂਟਸ ਦੱਸਣਾ ਤਾਂ ਕਿ ਮੈਂ ਅੱਗੇ ਤੋਂ ਇਹ ਜ਼ਰੂਰਤ ਕਰਾਂ ਕਿ ਨਾ ਕਰਾਂ। ਲੇਕਿਨ ਹੁਣ ਮੈਂ ਕਰ ਲਈਏ ਅਤੇ ਹੁਣ ਬਰਦਾਸ਼ਤ ਕਰੋ, ਤੁਹਾਡੀ ਬੜੀ ਮਿਹਰਬਾਨੀ ਜਿਹੋ ਜਿਹਾ ਵੀ ਹੈ। ਚਲੋ ਪੰਜਾਬੀ ਦੇ ਨਾਲ ਨਾਲ ਤੁਹਾਨੂੰ ਪੰਜਾਬੀ ਇਲਾਕੇ ਵੀ ਦਿਖਾਵਾਂਗੇ। ਅਤੇ ਇਹ ਖੂਬਸੂਰਤ ਇਲਾਕਾ ਦੇਖੋ ਸਰਾਏ ਆਲਮਗੀਰ ਦਾ, ਜਿਹੜਾ ਕਿ ਸਾਨੂੰ ਮੀਰਪੁਰ ਡੈਮ 'ਤੇ ਲੈ ਜਾਏਗਾ। ਅੱਛਾ ਜੀ, ਹੁਣ ਸਾਡੇ ਖੱਬੇ ਹੱਥ ਯਾਨੀ ਕਿ ਪੁੱਠੇ ਪਾਸੇ ਨਹਿਰ ਆ ਗਈ ਹੈ। ਬਸ ਇਹ ਰਾਸਤਾ ਇਹੋ ਜਿਹਾ ਹੀ ਹੈ, ਕਦੀ ਤੁਹਾਡੇ ਸੱਜੇ ਪਾਸੇ ਅਤੇ ਕਦੀ ਖੱਬੇ ਪਾਸੇ ਨਹਿਰ ਆਏਗੀ। ਇਲਾਕਾ ਬੜਾ ਖੂਬਸੂਰਤ ਹੈ, ਮੁਖਤਲਿਫ ਪਿੰਡ ਆਉਂਦੇ ਨੇ ਅਤੇ ਤੁਸੀਂ ਉਹਨਾਂ ਦੀ ਖੂਬਸੂਰਤੀ ਵੀ ਦੇਖਦੇ ਹੋ ਔਰ ਨਹਿਰ ਦਾ ਵੀ ਨਜ਼ਾਰਾ ਲੈਂਦੇ ਹੋ। ਲੇਕਿਨ ਇੱਕ ਗੱਲ ਹੈ ਕਿ ਸੁਬਹਾ ਦਾ ਟਾਈਮ ਹੈ ਔਰ ਹਵਾ ਬੜੀ ਠੰਡੀ ਹੋ ਗਈ ਹੈ ਇੱਥੇ ਨਹਿਰ ਦੀ ਵਜ੍ਹਾ ਤੋਂ। ਸ਼ਾਇਦ ਇਹ ਸੜਕ ਇੱਥੇ ਸ਼ਾਇਦ ਬਣ ਰਹੀ ਹੈ, ਲੇਕਿਨ ਪਿੱਛੇ ਵੀ ਠੀਕ ਹੈ, ਅੱਗੇ ਦੇਖਦੇ ਹੋ। ਆਪਣਾ ਮਲਿਕ ਸਾਹਿਬ ਅਤੇ ਖਵਾਇਆ ਸਾਹਿਬ ਜਾ ਰਹੇ ਨੇ, ਇਹਨਾਂ ਕੋਲ ਪੁੱਛਦੇ ਹਾਂ। ਲਓ ਜੀ, ਇਹਨਾਂ ਨੂੰ ਤਾਂ ਬਹੁਤ ਸਵਾਦ ਆ ਰਿਹਾ ਅਤੇ ਵਾਕਈ ਸਵਾਦ ਤਾਂ ਸਾਨੂੰ ਵੀ ਆ ਰਿਹਾ। ਤੁਹਾਨੂੰ ਆ ਰਿਹਾ ਕਿ ਨਹੀਂ ਇਹ ਜ਼ਰੂਰ ਕਮੈਂਟਸ ਦੱਸਣਾ। ਥੋੜ੍ਹੀ ਦੇਰ ਖੜ੍ਹੇ ਹੋਏ ਸਾਂ ਦੇਖਣ ਲਈ, ਬੜਾ ਹੀ ਖੂਬਸੂਰਤ ਉੱਥੇ ਜਗ੍ਹਾ ਬਣਾਈ ਸੀ ਬੈਠਣ ਲਈ। ਖੇਤ ਨੇ ਤੁਹਾਡੇ ਸੱਜੇ ਪਾਸੇ ਅਤੇ ਨਹਿਰ ਦੇ ਪਰਲੇ ਪਾਸੇ ਵੀ ਖੇਤ ਨੇ। ਇਸ ਵਜ੍ਹਾ ਤੋਂ ਨਾ ਇੱਥੇ ਮੌਸਮ ਬੜਾ ਹੀ ਜ਼ਬਰਦਸਤ ਗਰਮੀਆਂ 'ਚ ਵੀ ਹੋ ਜਾਂਦਾ, ਹਵਾ ਥੋੜ੍ਹੀ ਠੰਡੀ ਹੈ ਇੱਥੇ। ਅਤੇ ਇਹ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਇਸ ਰਾਸਤੇ ਨੂੰ ਤੁਸੀਂ ਦਿਨੇ ਕਰੋ, ਰਾਤ ਨੂੰ ਨਾ ਕਰੋ। ਇਹ ਦੇਖੋ ਨਾ, ਦਿਨੇ ਵੀ ਟਾਵਾਂ ਟਾਵਾਂ ਕੋਈ ਬੰਦਾ ਲੰਘਦਾ ਇੱਥੋਂ, ਅਤੇ ਬਿਹਤਰ ਹੈ ਕਿ ਰਾਤ ਨੂੰ ਇੱਥੇ ਦੇ ਸਫ਼ਰ ਨਾ ਕਰੋ।
ਲਓ ਜੀ ਐਪ ਦੇਖੋ, ਫਿਰ ਅੱਗੇ ਬਿਹਤਰੀਨ ਸੜਕ ਆ ਗਈ ਹੈ ਅਤੇ ਹੁਣ ਸਪੀਡਾਂ ਜ਼ਰਾ ਤੇਜ਼ ਹੋ ਜਾਣੀਆਂ ਅਤੇ ਸੜਕ ਅੱਛੀ ਹੋਵੇ ਤਾਂ ਜ਼ਰਾ ਡਰਾਈਵ ਦਾ ਵੀ ਮਜ਼ਾ ਆ ਜਾਂਦਾ ਅਤੇ ਇਲਾਕਾ ਤਾਂ ਖੂਬਸੂਰਤ ਹੈ ਹੀ ਹੈ। ਇਹ ਦੇਖੋ ਨਹਿਰ ਕਿਆ ਖੂਬਸੂਰਤ ਹੈ, ਇਸ ਇਲਾਕੇ ਨੂੰ ਜ਼ਰੂਰ ਦੇਖੋ, ਭਾਵੇਂ ਮੀਰਪੁਰ ਡੈਮ ਤੱਕ ਹੀ ਆਓ ਅਤੇ ਤੁਸੀਂ ਸਰਾਏ ਆਲਮਗੀਰ ਤੋਂ ਇਹ ਰਸਤਾ ਨਿਕਲਦਾ ਅਤੇ ਜ਼ਰੂਰ ਇਹਨੂੰ ਵਿਜ਼ਿਟ ਕਰੋ। ਇਹ ਦੇਖੋ ਜੀ ਸਾਡੇ ਖੱਬੇ ਪਾਸੇ ਨਾ ਇੱਧਰ ਇੱਕ ਹੈੱਡ ਹੈਗਾ, ਬਹੁਤ ਹੀ ਵੱਡਾ ਹੈੱਡ ਹੈ ਜਿਹਦੇ 'ਚੋਂ ਹੋਰ ਵੀ ਨਹਿਰਾਂ ਨਿਕਲਦੀਆਂ ਨੇ ਔਰ ਖੇਤਾਂ ਨੂੰ ਸਰਿਆਬ ਕਰਦੀਆਂ ਨੇ। ਇਹ ਬੜਾ ਹੀ ਜ਼ਬਰਦਸਤ ਨਹਿਰੀ ਨਿਜ਼ਾਮ ਹੈ ਇੱਥੇ ਅਤੇ ਅਸਲ 'ਚ ਡੈਮ 'ਚੋਂ ਨਹਿਰਾਂ ਨਿਕਲਦੀਆਂ ਔਰ ਅੱਗੇ ਮੁਖਤਲਿਫ ਹੈੱਡ ਨੇ ਜਿਨ੍ਹਾਂ 'ਚੋਂ ਹੋਰ ਵੀ ਨਹਿਰਾਂ ਨਿਕਲਦੀਆਂ ਨੇ। ਅੱਛਾ ਜੀ ਇਹ ਨਹਿਰੋ ਨਹਿਰ ਤੁਸੀਂ ਆਏ ਹੋ ਅਤੇ ਅੱਗੇ ਆ ਕੇ ਨਾ ਇਹ ਇੱਕ ਚੌਂਕ ਆ ਜਾਂਦਾ ਅਤੇ ਅਸੀਂ ਚੌਂਕ ਤੋਂ ਇਹ ਰਾਈਟ ਹੋ ਜਾਣਾ। ਹੁਣ ਇਹ ਸੜਕ ਸਾਨੂੰ ਸਿੱਧੀ ਡੈਮ 'ਤੇ ਹੀ ਲੈ ਕੇ ਜਾਏਗੀ ਅਤੇ ਤੁਸੀਂ ਨਾਲ ਹੀ ਹੋ ਅਤੇ ਤੁਹਾਨੂੰ ਮੈਂ ਦਿਖਾਉਂਦਾ ਵਾਂ ਕਿ ਹੁਣ ਡੈਮ ਬਿਲਕੁਲ ਕਰੀਬ ਹੀ ਹੈ ਔਰ ਇਹ ਤਕਰੀਬਨ ਕੋਈ 25-30 ਕਿਲੋਮੀਟਰ ਦਾ ਸ਼ਾਰਟਕੱਟ ਹੈ ਰਸਤਾ ਅਗਰ ਤੁਸੀਂ ਆਉਣਾ ਚਾਹੁੰਦੇ ਹੋ GT ਰੋਡ ਤੋਂ ਹਮੀਰਪੁਰ ਡੈਮ ਵੱਲ ਜਾਂ ਕਸ਼ਮੀਰ ਜਾਣਾ ਚਾਹੁੰਦੇ ਹੋ ਅਤੇ ਇਹ ਰਸਤਾ ਜ਼ਰੂਰ ਦਿਨ ਦੇ ਟਾਈਮ ਇਸਤੇਮਾਲ ਕਰੋ ਔਰ ਮਜ਼ਾ ਲਓ ਇਸ ਰਸਤੇ ਦਾ। ਇਹ ਦੇਖੋ ਜੀ ਅਸੀਂ ਡੈਮ 'ਤੇ ਆ ਗਏ ਹਾਂ ਔਰ ਡੈਮ ਦੀ ਹਾਲਤ ਦੇਖ ਕੇ ਤਾਂ ਮੇਰੇ ਤਬਕ ਰੋਸ਼ਨ ਹੋ ਗਏ ਨੇ ਜਨਾਬ। ਇਹ ਜਿਹੜਾ ਰਸਤਾ ਜਿੰਨਾ ਏਰੀਆ ਸਾਰਾ ਪਾਣੀ ਸੀ, ਇਹ ਮੈਂ 2 ਸਾਲ ਪਹਿਲੇ ਆਇਆ, ਇਹ ਬਿਲਕੁਲ ਜਿਹੜੇ ਤੁਹਾਨੂੰ ਪੱਥਰ ਇੱਥੇ ਅੱਗੇ ਦਿਖਾਈ ਦੇ ਰਹੇ ਨੇ ਇੱਥੋਂ ਤਿੱਕਰ ਪਾਣੀ ਸੀ, ਹੁਣ ਤਾਂ ਪਾਣੀ ਬਹੁਤ ਦੂਰ ਚਲਾ ਗਿਆ। ਬਹੁਤ ਹੀ ਬੁਰੀ ਹਾਲਤ ਔਰ ਇੱਕ ਬੜੀ ਅਲਾਰਮਿੰਗ ਸਿਚੁਏਸ਼ਨ ਹੋ ਗਈ ਹੈ, ਹਰ ਬੰਦਾ ਹੀ ਪਰੇਸ਼ਾਨ ਹੈ। ਪਾਣੀ ਉੱਤਰ ਗਿਆ ਜੇ, ਇੱਥੇ ਪਾਣੀ ਹੋਏਗਾ ਨਾ, ਉਹ ਜਿਹੜਾ ਮੈਂ ਸ਼ਾਰਟਕੱਟ ਤੁਹਾਨੂੰ ਕਹਿ ਰਿਹਾ ਸਾ ਨਾ, ਅਸੀਂ ਅੱਜ ਘੁੰਮ ਕੇ ਆਏ ਹਾਂ ਨਾ, ਅਸੀਂ ਉਹ ਵਿੱਚੋਂ ਆਉਣਾ ਸੀ, ਉਹ ਵਿਊ ਪੁਆਇੰਟ ਦੇ ਕੋਲ ਨਿਕਲਣਾ ਦੇਖਿਆ। ਨਹੀਂ 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 ਨਹੀਂ, ਇਹ ਜਿਹੜਾ ਵਿੱਚੋਂ ਇਹ ਜੰਗਲ ਨਹੀਂ ਨਜ਼ਰ ਆ ਰਿਹਾ, ਇਹਨੂੰ ਕ੍ਰੋਸ ਕਰਕੇ ਅਸੀਂ ਉਹ ਅੱਗੇ ਨਿਕਲ ਆਉਣਾ ਸੀ। ਅਸਲ 'ਚ ਇਹ ਗਰਮੀਆਂ ਦੀ ਸ਼ੁਰੂਆਤ ਹੈ ਜਨਾਬ, ਅਪ੍ਰੈਲ ਦਾ ਐਂਡ ਹੈ ਤਕਰੀਬਨ, ਅਤੇ ਤੁਸੀਂ ਦੇਖੋ ਅਤੇ ਡੈਮ 'ਚ ਪਾਣੀ ਬਿਲਕੁਲ ਨਹੀਂ ਹੈ ਅਤੇ ਮੈਂ ਤਾਂ ਸਰਦੀਆਂ 'ਚ ਇਸ ਡੈਮ ਨੂੰ ਬਹੁਤ ਭਰਿਆ ਦੇਖਿਆ ਹੋਇਆ। ਇਹ ਬੜੀ ਖਤਰਨਾਕ ਹਾਲਤ ਹੈ, ਪਤਾ ਨਹੀਂ ਇਹ ਲੋਕ ਜਿਹੜੀ ਸਾਡੀ ਹਕੂਮਤ ਹੈ ਉਹ ਇਹਨੂੰ ਦੇਖ ਰਹੀ ਹੈ ਕਿ ਨਹੀਂ। ਇਹ ਤਾਂ ਬੜੀ ਖਤਰਨਾਕ ਗੱਲ ਹੈ, ਇਹਨੂੰ ਤਾਂ ਇਸ ਟਾਈਮ ਬਹੁਤ ਜ਼ਿਆਦਾ ਭਰਿਆ ਹੋਣਾ ਚਾਹੀਦਾ ਡੈਮ ਨੂੰ। ਚਲੋ ਅੱਲਾ ਖੈਰ ਕਰੇ ਜੀ, ਉਮੀਦ ਹੈ ਅੱਗੇ ਸ਼ਾਇਦ ਬਾਰਿਸ਼ਾਂ ਹੋਣਗੀਆਂ ਅਤੇ ਇਹ ਭਰ ਜਾਏਗਾ। ਉਹ ਦੇਖੋ ਖਾਲੀ ਜਗ੍ਹਾ ਵਿੱਚ ਡੈਮ ਦੇ ਤੁਹਾਨੂੰ ਦਿਖਾਈ ਦੇ ਰਹੀ ਹੈ, ਜ਼ਮੀਨ ਨਜ਼ਰ ਆ ਰਹੀ ਹੈ, ਐਸਾ ਨਹੀਂ ਸੀ ਇਹ ਡੈਮ। ਇਹਦੀ ਝੀਲ ਤਾਂ ਬਹੁਤ ਹੀ ਵੱਡੀ ਝੀਲ ਹੋ ਗਈ ਹੈ ਮੀਰਪੁਰ ਡੈਮ ਦੀ। ਚਲੋ ਦੁਆ ਕਰਦੇ ਹਾਂ ਕਿ ਅੱਲਾ ਬਿਹਤਰ ਕਰੇ ਸਾਡੇ ਲਈ ਵੀ।
ਹੈਲੋ ਜੀ ਭਾਅ ਜੀ, ਪਹੁੰਚ ਗਏ ਅਸੀਂ ਹਜੀਰਾ। ਬੜਾ ਖੂਬਸੂਰਤ ਸ਼ਹਿਰ ਹੈ ਔਰ ਮੌਸਮ ਵੀ ਬਦਲ ਰਿਹਾ, ਇਹ ਬੜੀ ਚੰਗੀ ਗੱਲ ਹੈ। ਮੇਰੇ ਦੋਸਤ ਪਿੱਛੇ ਰਹਿ ਗਏ ਨੇ, ਆਉਂਦੇ ਨੇ ਅਤੇ ਫਿਰ ਨਿਕਲਾਂਗੇ ਅੱਗੇ ਰਾਵਲਾ ਕੋਟਲੇ। ਉਨੀ ਦੇਰ ਇੱਥੇ ਇੰਤਜ਼ਾਰ ਕਰਾਂਗੇ। ਹੈਲੋ ਜੀ ਉਸਤਾਦ ਜੀ, ਪਲੈਨ ਤਾਂ ਹੈਗਾ ਹੈ ਕਿ ਜਾਣਾ ਅਸੀਂ ਰਾਵਲਾ ਕੋਟ, ਅਤੇ ਮੈਂ ਜੀਰਾ ਆ ਗਿਆ। ਮੌਸਮ ਬਦਲ ਰਿਹਾ, ਇਹ ਬੜੀ ਖੁਸ਼ੀ ਦੀ ਗੱਲ ਹੈ। ਪਿੱਛੇ ਬੜੀ ਗਰਮੀ ਸੀ ਯਾਰ, ਅਤੇ ਅਸਲ 'ਚ ਮੈਂ ਇਹ ਟਰੈਕ ਪਹਿਲੇ ਵੀ ਦਿਖਾ ਚੁੱਕੇ ਹਾਂ, ਮੈਂ ਪਹਿਲੇ ਵੀ ਆਇਆ ਸਾਂ, ਅਤੇ ਇਸ ਲਈ ਮੈਂ ਤੁਹਾਨੂੰ ਖਾਸ ਖਾਸ ਜਗ੍ਹਾ ਹੀ ਦਿਖਾ ਰਿਹਾ। ਜਿਸ ਤਰ੍ਹਾਂ ਮੈਂ ਤੁਹਾਨੂੰ ਸਰਾਏ ਆਲਮਗੀਰ ਦਾ ਇੱਕ ਨਵਾਂ ਰਸਤਾ, ਉਹ ਨਵਾਂ ਸੀ, ਉਹ ਦਿਖਾਇਆ, ਹੈਡਸ ਦਿਖਾਏ ਨੇ, ਅਤੇ ਬਸ ਹੁਣ ਰਾਵਲਾ ਕੋਟ ਜਾ ਕੇ ਤੁਹਾਨੂੰ ਰਾਵਲਾ ਕੋਟ ਵੀ ਦਿਖਾਵਾਂਗੇ, ਅਤੇ ਇਨਸ਼ਾਅੱਲਾ ਤੌਲੀ ਪੀਰ ਵੀ ਕਰਾਂਗੇ।